ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁੱਖਾਂ ਦਾ ਪਹਾੜ ਡਿੱਗਿਆ। ਦੱਸਦੇ ਕਿ ਉਹਨਾਂ ਦੇ ਜੀਜੇ ਦੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਔਰ ਉਹਨਾਂ ਦੀ ਭੈਣ ਜ਼ਖਮੀ ਹੋਈ ਹੈ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਸੀਡੈਂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਈ ਔਰ ਡਿਵਾਈਡਰ ਕਾਰ ਨੂੰ ਚੀਰਦਾ ਹੋਇਆ ਕਾਰ ਦੀ ਪਿਛਲੀ ਸੀਟ ਤੱਕ ਪਹੁੰਚ ਗਿਆ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾੜੀ ਉਰਫ ਮੁੰਨਾ ਤਿਵਾੜੀ ਚਲਾ ਰਿਹਾ ਸੀ। ਪਤੀ ਪਤਨੀ ਦੋਵੇਂ ਜ਼ਖਮੀ ਹੋਏ, ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਮੌਤ ਹੋ ਗਈ ਔਰ ਉਹਨਾਂ ਦੀ ਭੈਣ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। 3 ਫੁੱਟ ਚੌੜਾ ਇਹ ਡਿਵਾਈਡਰ ਸੀ ਜਿਸ ਦੇ ਨਾਲ ਕਾਰ ਟਕਰਾਈ। ਸੀਸੀਟੀਵੀ ਤਸਵੀਰਾਂ ਦੇਖ ਕੇ ਪਤਾ ਲੱਗ ਰਿਹਾ ਕਿ ਕਾਰ ਦੀ ਸਪੀਡ ਕਿੰਨੀ ਸੀ, ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਡਿਵਾਈਡਰ ਦੇ ਵਿੱਚ ਵੱਜਣ ਕਰਕੇ ਕਾਰ ਉੱਥੇ ਹੀ ਰੁਕ ਗਈ ਔਰ ਇਸ ਕਾਰ ਦੇ ਵਿੱਚ ਪੰਕਜ ਤ੍ਰਿਪਾਠੀ ਦਾ ਜੀਜਾ ਤੇ ਉਹਨਾਂ ਦੀ ਭੈਣ ਸਵਾਰ ਸੀ। ਦੱਸਦੀਏ ਕਿ ਇਹ ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੀਏ ਕਿ ਬਾਲੀਵੁੱਡ ਦੇ ਮਸ਼ਹੂਰ ਮੰਨੇ ਪਰਮੰਨੇ ਅਦਾਕਾਰ ਪੰਕਜ ਤ੍ਰਿਪਾਠੀ ਦੇ ਲਈ ਇਹ ਦੁੱਖ ਦੀ ਘੜੀ ਹੈ। ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਿਆ। ਉਹਨਾਂ ਦੇ ਜੀਜਾ ਦੀ ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪੰਕਜ ਤ੍ਰਿਪਾਠੀ ਤੇ ਦੁੱਖਾਂ ਦਾ ਪਹਾੜ ਡਿੱਗਿਆ। ਦੱਸਦੇ ਕਿ ਉਹਨਾਂ ਦੇ ਜੀਜੇ ਦੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਔਰ ਉਹਨਾਂ ਦੀ ਭੈਣ ਜ਼ਖਮੀ ਹੋਈ ਹੈ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਸੀਡੈਂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਕਾਰ ਡਿਵਾਈਡਰ ਦੇ ਨਾਲ ਜਾ ਟਕਰਾਈ ਔਰ ਡਿਵਾਈਡਰ ਕਾਰ ਨੂੰ ਚੀਰਦਾ ਹੋਇਆ ਕਾਰ ਦੀ ਪਿਛਲੀ ਸੀਟ ਤੱਕ ਪਹੁੰਚ ਗਿਆ। ਕਾਰ ਨੂੰ ਪੰਕਜ ਦਾ ਜੀਜਾ ਰਾਜੇਸ਼ ਤਿਵਾੜੀ ਉਰਫ ਮੁੰਨਾ ਤਿਵਾੜੀ ਚਲਾ ਰਿਹਾ ਸੀ। ਪਤੀ ਪਤਨੀ ਦੋਵੇਂ ਜ਼ਖਮੀ ਹੋਏ, ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਪੰਕਜ ਤ੍ਰਿਪਾਠੀ ਦੇ ਜੀਜੇ ਦੀ ਮੌਤ ਹੋ ਗਈ ਔਰ ਉਹਨਾਂ ਦੀ ਭੈਣ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। 3 ਫੁੱਟ ਚੌੜਾ ਇਹ ਡਿਵਾਈਡਰ ਸੀ ਜਿਸ ਦੇ ਨਾਲ ਕਾਰ ਟਕਰਾਈ। ਸੀਸੀਟੀਵੀ ਤਸਵੀਰਾਂ ਦੇਖ ਕੇ ਪਤਾ ਲੱਗ ਰਿਹਾ ਕਿ ਕਾਰ ਦੀ ਸਪੀਡ ਕਿੰਨੀ ਸੀ, ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਡਿਵਾਈਡਰ ਦੇ ਵਿੱਚ ਵੱਜਣ ਕਰਕੇ ਕਾਰ ਉੱਥੇ ਹੀ ਰੁਕ ਗਈ ਔਰ ਇਸ ਕਾਰ ਦੇ ਵਿੱਚ ਪੰਕਜ ਤ੍ਰਿਪਾਠੀ ਦਾ ਜੀਜਾ ਤੇ ਉਹਨਾਂ ਦੀ ਭੈਣ ਸਵਾਰ ਸੀ। ਦੱਸਦੀਏ ਕਿ ਇਹ ਦੋਵੇਂ ਬਿਹਾਰ ਦੇ ਗੋਪਾਲਗੰਜ ਦੇ ਕਮਾਲਪੁਰ ਤੋਂ ਨਿਰਸਾ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੀਏ ਕਿ ਬਾਲੀਵੁੱਡ ਦੇ ਮਸ਼ਹੂਰ ਮੰਨੇ ਪਰਮੰਨੇ ਅਦਾਕਾਰ ਪੰਕਜ ਤ੍ਰਿਪਾਠੀ ਦੇ ਲਈ ਇਹ ਦੁੱਖ ਦੀ ਘੜੀ ਹੈ। ਉਹਨਾਂ ਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਿਆ। ਉਹਨਾਂ ਦੇ ਜੀਜਾ ਦੀ ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ।